ਐਮਰਜੈਂਸੀ ਫਿਲਮ ਦਾ ਜਿਵੇਂ ਹੀ ਪੋਸਟਰ ਰਿਲੀਜ਼ ਹੋਇਆ, ਟੀਜ਼ਰ ਰਿਲੀਜ਼ ਹੋਇਆ, ਹੁਣ ਤਾਂ ਅਤੇ ਮੈਨੂੰ ਲੱਗਦਾ ਟ੍ਰੇਲਰ ਵੀ ਰਿਲੀਜ਼ ਹੋ ਟ੍ਰੇਲਰ ਗਿਆ। ਟੀਜ਼ਰ, ਹਾਂਜੀ ਟੀਜ਼ਰ ਹੁੰਦਾ ਛੋਟਾ ਜਿਹਾ ਸਰ, ਉਹ ਕੁਝ ਸੈਕਿੰਡ ਦਾ ਹੁੰਦਾ ਜੀ, ਉਹ ਮਿੰਟ ਤੋਂ ਥੱਲੇ ਹੁੰਦਾ। ਠੀਕ ਹੈ, ਜਿਹੜਾ ਟ੍ਰੇਲਰ ਹੁੰਦਾ ਉਹ ਤਕਰੀਬਨ 2.5 ਤੋਂ 3 ਮਿੰਟ ਦਾ ਹੁੰਦਾ। ਠੀਕ ਹੈ, ਤਾਂ ਤੁਸੀਂ ਫਿਲਮਾਂ ਨਾਲ ਵੱਧ ਜੁੜੇ ਨਹੀਂ? ਹੋਏ ਮੈਂ ਫਿਲਮਾਂ ਨਾਲ ਇੰਨਾ ਜ਼ਿਆਦਾ ਨਹੀਂ ਜੁੜਿਆ, ਪਰ ਫਿਲਮਾਂ ਵੇਖੀਆਂ ਬਹੁਤ ਆ। ਉਹ ਕਹਿੰਦੇ ਜੰਜ ਜੀ ਚੜ੍ਹੇ ਨਹੀਂ ਜੀ, ਜੰਜਾਂ ਚੜ੍ਹਦੀਆਂ ਬਹੁਤ ਵੇਖੀਆਂ ਜੀ। ਚਲੋ ਟ੍ਰੇਲਰ, ਹੁਣ ਮੈਂ ਤੁਹਾਡੇ ਵਾਲਾ ਸ਼ਬਦ ਵਰਤਿਆ, ਹਾਂ ਟ੍ਰੇਲਰ ਵੀ ਆ ਚੁੱਕਾ, ਪਰ ਇਹ ਆ ਵੀ ਟ੍ਰੇਲਰ ਆ ਗਿਆ ਤੇ ਟ੍ਰੇਲਰ ਨੇ ਟ੍ਰੇਲਰ ਦਿਖਾਉਣਾ ਸ਼ੁਰੂ ਕਰਤਾ ਜੀ। ਪੰਜਾਬ ਦੇ ਵਿੱਚ ਉਹਦਾ ਵਿਦਰੋਹ ਸ਼ੁਰੂ ਹੋ ਗਿਆ, ਨਹੀਂ ਸਿੱਖ ਸੰਸਥਾਵਾਂ ਵੱਲੋਂ ਵੀ ਵਿਦਰੋਹ ਨਹੀਂ ਕਹਿ ਸਕਦੇ ਆਪਾਂ, ਵਿਦਰੋਹ ਜੀ ਬਗਾਵਤ ਜੀ, ਐਸਾ ਨਹੀਂ ਹੈ, ਵਿਰੋਧ ਹੈ ਜੀ ਜੀ। ਤੇ ਸਿੱਖ ਸੰਸਥਾਵਾਂ ਨੇ, SGPC ਨੇ ਵੀ ਵਿਰੋਧ ਕੀਤਾ ਉਹਦਾ। ਕੀ ਹੁਣ ਇਹਦਾ ਕੀ ਮਾਹੌਲ ਬਣ ਰਿਹਾ, ਕੀ ਅਸਰ ਪੈਣ ਵਾਲਾ ਉਹਨਾਂ ਦੇ ਟਾਈਮ ਦੇ ਵਿੱਚ? ਦੇਖੋ ਕੰਗਨਾ ਰਣੌਤ ਜਿਹੜੀ ਹੈ ਨਾ, ਇੱਕ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਸ ਟ੍ਰੇਲਰ ਨੂੰ ਜਿੰਨਾ ਕੁ TV 'ਚ ਦਿਖਾਇਆ ਗਿਆ, ਕਿਉਂਕਿ ਮੈਂ ਕੰਗਣਾ ਰਣੌਤ ਵਾਲੇ ਕੰਟੈਂਟ ਦੇ ਵੱਲ ਉਹ ਨਹੀਂ ਜਾਂਦਾ। ਮੇਰੀ ਹਾਲਾਂਕਿ ਪਸੰਦੀਦਾ ਹੀਰੋਇਨ ਸੀਗੀ ਕਿਸੇ ਟਾਈਮ ਜੀ, ਤਨੂ ਵੈਟਸ ਮਨੂ ਰਿਟਰਨਸ, ਕੁਈਨ, ਇਹੋ ਜਿਹੀਆਂ ਫਿਲਮਾਂ ਸੀਗਾ ਜਿਹਦੇ ਵਿੱਚ ਅਦਾਕਾਰੀ ਦਾ ਅਨਦਰ ਲੈਵਲ ਸੀਗਾ। ਪਰ ਬਾਅਦ ਦੇ ਵਿੱਚ ਜਿਸ ਤਰ੍ਹਾਂ ਹੀ ਇਹਨੇ ਏਜੰਡਾ ਆਧਾਰਿਤ ਮੂਵੀ, ਏਜੰਡਾ ਆਧਾਰਿਤ ਰਾਜਨੀਤੀ, ਇਹ ਸਭ ਕੁਛ ਕਰਨਾ ਸਟਾਰਟ ਕੀਤਾ ਅਤੇ ਮਨ ਫਿੱਕਾ ਪੈ ਗਿਆ ਯਾਰਾਂ ਦਾ ਬਸ ਜੀ। ਕਹਾਣੀ ਆ ਹੁੰਦੀ ਆ, ਕਿਉਂਕਿ ਦੇਖੋ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਨਾ, ਉਹ ਇਕੱਲਾ ਇਹ ਨਹੀਂ ਹੈ ਕਿ ਆਰਟਿਸਟ ਅੱਛਾ ਹੈ ਜੀ, ਉਹਦੇ 'ਚ ਬੰਦਿਆਂ ਵਾਲੇ ਗੁਣ ਕਿਸ ਤਰ੍ਹਾਂ ਦੇ। ਠੀਕ ਹੈ, ਕਲਾ ਤਾਂ ਅੱਜ ਵੀ ਆਪਾਂ ਉਹ ਫਿਲਮਾਂ ਦੇਖਾਂਗੇ ਮੈਨੂੰ ਅੱਛੀਆਂ ਲੱਗਣਗੀਆਂ, ਬਿਲਕੁਲ, ਪਰ ਇਹ ਨਹੀਂ ਹੈ ਕਿ ਮੈਂ ਕਿਸੇ ਕਲਾਕਾਰ ਦੇ ਇਸ ਤਰ੍ਹਾਂ ਦੇ ਊਠ ਪਤਾਂਗ ਜਾਂ ਕਹਿ ਲਓ ਕਿ ਇਸ ਤਰ੍ਹਾਂ ਦੇ ਫਿਰਕੂ ਸੋਚ ਵਾਲੇ, ਮਤਸਵੀ ਸੋਚ ਵਾਲੇ ਬਿਆਨਾਂ ਨੂੰ ਵੀ ਆਪਾਂ ਲਾਈਕ ਕਰੀਏ, ਆਪਣਾ ਇੱਦਾਂ ਦਾ ਸੁਭਾਅ ਨਹੀਂ ਹੈ ਸਰ। ਗੱਲ ਇਹ ਆ ਕਿ ਸ਼ੁਰੂਆਤ ਦੇ ਵਿੱਚ ਇੱਕ ਚੀਜ਼ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਕਰੈਕਟਰ ਚਿਤਰਨ ਜੀ ਇਹਦੇ ਵਿੱਚ ਕਹਿ ਲਓ ਕਿ, ਜਾਂ ਫਿਲਮਾਂਕਨ ਕਹਿ ਲਓ, ਪਹਿਲਾਂ ਮਤਲਬ ਕਿ ਸਕ੍ਰਿਪਟ 'ਤੇ ਜਾਂਦਾ ਨਾ ਜੀ ਚਿੱਤਰਦੇ ਨੇ, ਉਸ ਤੋਂ ਬਾਅਦ ਫਿਲਮਾਂਕਣ 'ਚ ਉਹ ਹੋਇਆ ਜੀ। ਉਹਦੇ 'ਤੇ SGPC ਸਮੇਤ ਜੇ ਤੁਸੀਂ ਵੇਖੋਗੇ, ਹਰਜੀਤ ਗਰੇਵਾਲ ਹੋਰਾਂ ਨੇ ਵੀ ਠੀਕ ਹੈ, ਉਹ ਕਹਿੰਦੇ ਕਿ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਬੇਸ਼ੱਕ ਵਿਚਾਰਧਾਰਾ ਦੇ ਉਲਟ ਹੋਈਏ, ਪਰ ਫਿਲਮ ਮੇਕਰਸ ਨੂੰ ਥੋੜ੍ਹਾ ਬਹੁਤਾ ਸੋਚਣਾ ਚਾਹੀਦਾ ਜੀ, ਬਿਲਕੁਲ। ਯਾਨੀ ਕਹਿ ਲਓ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਐਸਾ ਨੇਤਾ ਜਿਹੜਾ ਅਕਸਰ ਇਹੋ ਜਿਹੇ ਮਾਮਲਿਆਂ 'ਤੇ ਲੀਕ ਖਿੱਚ ਕੇ ਇੱਕ ਪਾਸੇ ਖਲੋਂਦਾ, ਉਹਨੇ ਐਤਕੀ ਇੱਕ ਲੱਤ ਉੱਧਰ ਰੱਖੀ, ਇੱਕ ਉੱਧਰ ਵੀ ਰੱਖੀ ਆ ਜੀ। SGPC ਵੀ ਆ ਗਈ, ਸਾਰਾ ਕੁਛ ਹੋ ਗਿਆ। ਹੁਣ ਦੇਖੋ ਉਸ ਟ੍ਰੇਲਰ ਦੇ ਵਿੱਚ ਨਾ, ਜੇ ਤੁਸੀਂ, ਮੈਂ TV ਰਾਹੀਂ ਦੇਖੇ ਆ ਜੀ ਜੀ, ਤਾਂ ਉਹਦੇ 'ਚ ਇਸ ਤਰ੍ਹਾਂ ਹੈ ਕਿ ਜਿੱਦਾਂ ਇੰਦਰਾ ਗਾਂਧੀ, ਸੰਜੇ ਗਾਂਧੀ, ਗਿਆਨੀ ਜੈਲ ਸਿੰਘ, ਇਹਨਾਂ ਬਾਰੇ ਲਿਖਤਾਂ 'ਚ ਵੀ ਦਰਜ ਹੈ ਕਿ ਇਹਨਾਂ ਨੇ ਅਕਾਲੀਆਂ ਨੂੰ ਗੁੱਠੇ ਲਾਉਣ ਵਾਸਤੇ ਇੱਕ ਭਾਲ ਸ਼ੁਰੂ ਕੀਤੀ, ਫਿਰ ਉਹ ਭਾਲ ਜਾ ਕੇ ਮੁੱਕਦੀ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 'ਤੇ ਜੀ। ਅਜਿਹਾ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਈ ਕਿਤਾਬਾਂ 'ਚ ਦਰਜ ਹੈ ਅਤੇ ਉਹਦਾ ਕਾਊਂਟਰ ਵੀ ਕਿਤਾਬਾਂ ਦੇ ਵਿੱਚ ਹੈ। ਠੀਕ ਹੈ ਨਾ ਸਰ ਜੀ, ਇਹ ਕਈ ਲੇਖਕ ਨੇ, ਕਈ ਕਿਤਾਬਾਂ ਨੇ, ਤਾਂ ਮਤਲਬ ਕਿ ਉਹ ਪਹਿਲਾਂ ਕਿਤਾਬਾਂ 'ਚ ਇਹ ਚੀਜ਼ਾਂ ਜਿਹੜੀਆਂ ਆਈਆਂ ਨੇ ਜੀ ਜੀ। ਇਸ ਬੀਬੀ ਨੇ ਕਹਿ ਲਓ ਕਿ ਉੱਥੋਂ ਇਹ ਸਭ ਕੁਛ ਚੱਕ ਲਿਆ ਜਾਂ ਜੋ ਵੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਇਸ ਸਾਰੇ ਮਾਮਲੇ ਨੂੰ ਜੋੜਦੇ ਨੇ, ਇਹਨਾਂ ਨੇ ਹੀ ਪੰਜਾਬ ਨੂੰ ਇੱਧਰ ਤੋਰਿਆ ਸੀਗਾ ਜੀ। ਹਾਲਾਂਕਿ ਚਲੋ ਇਸ ਤੱਥ ਨੂੰ ਜੇ ਆਪਾਂ ਕਿਤਾਬੀ ਤੌਰ 'ਤੇ ਮੰਨੀਏ, ਤਾਂ ਫਿਰ ਇੱਕ ਤੱਥ ਇਹ ਵੀ ਹੈ ਕਿ ਇੱਕ ਮੌਕਾ ਫਿਰ ਐਸਾ ਵੀ ਆਇਆ ਕਿ ਜਦੋਂ ਕੁਝ ਵੀ ਇਹਨਾਂ ਦੇ ਕੰਟਰੋਲ ਨਹੀਂ ਸੀ ਰਿਹਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ, ਫਿਰ ਆਪਣੇ ਪੱਧਰ 'ਤੇ ਆਪਣੇ
ਅਸੂਲ ਤੇ ਏਜੰਡੇ ਬਿਲਕੁਲ ਬਿਲਕੁਲ ਸਟਾਰਟ ਕਰਦੇ ਆ ਜੀ। ਇਹ ਵੀ ਇੱਕ ਫਿਰ ਫੈਕਟ ਹੈ ਨਾ ਗਾਂ ਜਾ ਕੇ ਬਿਲਕੁਲ ਕਿ ਫਿਰ ਕਹਾਣੀ ਜਿਹੜੀ ਹੈ ਨਾ ਉਹ ਕਿਸੇ ਦੇ ਕੰਟਰੋਲ ਇਹਨਾਂ ਦੀ ਸਕ੍ਰਿਪਟ ਤੋਂ ਬਾਹਰ ਹੋਗੀ। ਬਿਲਕੁਲ ਉਹੀ ਚੀਜ਼ ਹੈ ਕਿ ਉਹ ਚੀਜ਼ ਨੂੰ ਤੁਸੀਂ ਦਿਖਾਓਗੇ ਜੀ, ਕਿਉਂਕਿ ਬਹੁਤ ਲੰਮਾ ਚੌੜਾ ਪ੍ਰਕਰਣ ਹੈ। ਬਿਲਕੁਲ ਜੀ ਬਿਲਕੁਲ। ਇਹਨਾਂ ਨੇ ਉਹ ਚੀਜ਼ ਦਾ ਫਿਲਮਾਂਕਣ ਕੀਤਾ ਜਿਹਦੇ 'ਤੇ ਇਤਰਾਜ਼ ਆ ਕਿ ਤੁਸੀਂ ਜਿਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਹੋ। ਹੁਣ ਇਹ ਗੱਲ ਜਿਹੜੀ ਹੈ ਨਾ, ਠੀਕ ਆ, ਇਤਿਹਾਸ ਦੇ ਉਸ ਦੌਰ 'ਚ ਜੇ ਜਾਓਗੇ ਜੀ ਤੁਸੀਂ, ਮਤਲਬ ਕਿ ਦੋਵੇਂ ਪਾਸੇ ਦੀਆਂ ਲਿਖਤਾਂ ਪੜ੍ਹ ਕੇ ਨਿਰਣਾ ਕਰ ਲੈਣਾ। ਬਿਲਕੁਲ, ਕਿਸੇ ਪਾਸੇ ਵੀ ਕੋਈ ਖਲੋਣ ਵਾਸਤੇ ਆਜ਼ਾਦ ਹੈ ਜੀ ਜੀ, ਠੀਕ ਹੈ ਸਰ। ਤਾਂ ਉਸ ਵੇਲੇ ਦਾ ਇਤਿਹਾਸ ਜਿਹੜਾ, ਕਿਉਂਕਿ ਬੀਤਿਆ ਇਤਿਹਾਸ ਹੈ ਨਾ, ਉਸਨੂੰ ਇਸ ਦੌਰ 'ਚ ਫਿਲਮਾਉਣ ਦਾ ਇਹ ਜੋ ਕੰਮ ਕੀਤਾ ਜਾ ਰਿਹਾ ਉਹਨੂੰ ਆਪਾਂ ਦੋ ਪੱਖ ਤੋਂ ਲੈ ਸਕਦੇ ਹਾਂ। ਇੱਕ ਤਾਂ ਹੈ ਕਿ ਕੰਗਣਾ ਰਣੌਤ ਬਦਨਾਮ ਇਸ ਗੱਲ ਕਰਕੇ ਹੈ ਕਿ ਉਹ ਸਿੱਖਾਂ ਪ੍ਰਤੀ ਨਫ਼ਰਤ ਰੱਖਦੀ। ਬਿਲਕੁਲ ਜੀ, ਠੀਕ ਹੈ ਸਰ। ਉਹ ਰੱਖਦੀ ਹੈ ਕਿ ਨਹੀਂ, ਉਹਦਾ ਦਿਲ ਜਾਣਦਾ ਵੀ ਅਸੀਂ ਉਹਦੇ ਕਿਹੜਾ ਦਿਲ 'ਚ ਵੜ ਕੇ ਬੈਠੇ। ਪਰ ਉਹ ਜਿਵੇਂ ਉਹਦੇ ਦੋ ਤਿੰਨ ਵਾਰੀ ਬਿਆਨਬਾਜ਼ੀਆਂ ਜੋ, ਕਿਉਂਕਿ ਬੰਦਿਆਂ ਦੀਆਂ ਸਟੇਟਮੈਂਟਾਂ ਤੋਂ, ਬਿਆਨਬਾਜ਼ੀਆਂ ਤੋਂ ਇਹਨਾਂ ਚੀਜ਼ਾਂ ਦਾ ਪ੍ਰਗਟਾਵਾ ਹੁੰਦਾ ਹੀ ਆ। ਦੂਜੀ ਚੀਜ਼ ਇਹ ਆ ਕਿ ਜਿਸ ਦੌਰ ਦੇ ਵਿੱਚ ਇੱਕ IPS ਅਫਸਰ ਨੂੰ ਜੀ ਖਾਲਿਸਤਾਨੀ ਕਹਿ ਦਿੱਤਾ ਜਾਂਦਾ, ਜਿਸ ਦੌਰ ਦੇ ਵਿੱਚ ਹਰਿਆਣੇ 'ਚ ਦੋ ਸ਼ਰਾਬੀ ਇੱਕ ਸਿੱਖ ਨੂੰ ਖਾਲਿਸਤਾਨੀ ਕਹਿ ਕੇ ਕੁੱਟ ਦਿੰਦੇ ਨੇ ਜੀ, ਜਿਸ ਦੌਰ ਦੇ ਵਿੱਚ ਨਜਾਇਜ਼ ਟਿਕਟ ਅਤੇ ਕਹਿ ਲਓ ਕਿ ਟਿਕਟ ਤੋਂ ਬਗੈਰ ਨਜਾਇਜ਼ ਸਫ਼ਰ ਕਰਦੇ ਫੜੇ ਜਾਂਦੇ ਅਤੇ ਉਹ ਇੱਕ ਸਿੱਖ TT ਤੇ ਹਮਲਾ ਕਰ ਦਿੰਦੇ ਨੇ ਜੀ। TC ਵੈਸੇ ਤਾਂ ਹੁੰਦਾ ਜੀ ਜੀ। ਤਾਂ ਮਤਲਬ ਕਿ ਉਸ ਦੌਰ ਦੇ ਵਿੱਚ ਜੇ ਤੁਸੀਂ ਇਸ ਤਰ੍ਹਾਂ ਏਜੰਡਾ ਆਧਾਰਿਤ ਜਾਂ ਪ੍ਰੋਪੇਗੰਡਾ ਫਿਲਮ ਲੈ ਕੇ ਆਉਂਦੇ ਹੋ ਜੀ ਜੀ, ਹਾਲਾਂਕਿ ਨਿਸ਼ਾਨਾ ਤਾਂ ਇੰਦਰਾ ਗਾਂਧੀ ਹੈ। ਬਿਲਕੁਲ, ਇੰਦਰਾ ਗਾਂਧੀ ਤਾਂ ਬੇਸਿਕਲੀ ਆਂਧੀ ਫਿਲਮ ਉਦੋਂ ਹੀ ਬਣ ਗਈ ਸੀ, ਇੱਕ ਆਂਧੀ ਫਿਲਮ ਸਰਚ ਕਰਿਓ ਤੁਹਾਨੂੰ ਯੂਟਿਊਬ 'ਤੇ ਮਿਲ ਜਾਣੀ ਹੈ, ਮੈਂ ਦੇਖੀ ਹੋਈ ਹੈ ਜੀ। ਉਹਨੂੰ ਪਹਿਲਾਂ ਬੈਨ ਕੀਤਾ ਗਿਆ ਸੀ, ਉਸ ਵੇਲੇ ਵੀ ਬਹੁਤ ਰੌਲਾ ਪਿਆ ਸੀ, ਬਾਅਦ 'ਚੋਂ ਰਿਲੀਜ਼ ਹੋ ਗਈ ਸੀ। ਐਸਾ ਨਹੀਂ ਹੈ ਕਿ ਇੰਦਰਾ ਗਾਂਧੀ 'ਤੇ ਕੋਈ ਪਹਿਲੀ ਫਿਲਮ ਬਣ ਰਹੀ ਹੈ ਜੀ, ਪਰ ਕਿਉਂਕਿ ਪ੍ਰੋਪੇਗੰਡਾ ਫਿਲਮਾਂ ਦਾ ਇੱਕ ਦੌਰ ਸਟਾਰਟ ਹੋਇਆ ਹੋਇਆ ਨਾ ਮੋਦੀ ਗੌਰਮੈਂਟ ਦੇ ਵਿੱਚ, ਮੋਦੀ ਰਜ਼ੀਮ ਦੇ ਵਿੱਚ ਇਹ ਦੌਰ ਸ਼ੁਰੂ ਹੋ ਚੁੱਕਾ ਵਾ। ਤਾਂ ਗੱਲ ਇਹ ਹੈ ਕਿ ਗੁਜਰਾਤ ਵਾਲੀ 'ਤੇ ਤੁਸੀਂ ਬੈਨ ਕਰ ਰੱਖੀ ਹੈ ਜੀ, ਜੋ ਭਾਈ ਖਾਲੜਾ ਵਾਲੀ ਉਹ ਬੈਨ ਕਰ ਰੱਖੀ ਹੈ, ਬਲੱਡ ਸਟਰੀਟ ਤੁਸੀਂ ਬੈਨ ਕਰ ਰੱਖੀ ਹੈ, ਉਹਨੂੰ ਤੁਸੀਂ ਮਤਲਬ ਕਿ ਅਲਾਉ ਨਹੀਂ ਕਰਦੇ ਰਿਲੀਜ਼ ਵਾਸਤੇ। ਪਰ ਇੱਥੇ ਕੰਗਣਾ ਰਣੌਤ ਕਿਉਂਕਿ ਮੈਂਬਰ ਪਾਰਲੀਮੈਂਟ ਹੈ, ਇਹਨਾਂ ਦਾ ਕਹਿ ਲਓ ਕਿ ਐਸਾ ਮੌਤ ਪੀਸ ਆ ਜਿਹਦੇ ਮੂੰਹ ਦੇ ਵਿੱਚੋਂ ਸਿਵਾਏ ਫਿਰਕੁਆਨਾ ਸ਼ਬਦਾਂ ਦੇ, ਮੁਤਸਵੀ ਸ਼ਬਦਾਂ ਦੇ ਕੁਛ ਨਿਕਲਦਾ ਹੀ ਨਹੀਂ ਹੈਗਾ ਜੀ। ਹੁਣ ਮਤਲਬ ਕਿ ਅੱਜ ਦੇ ਦੌਰ 'ਚ ਇਸ ਤਰ੍ਹਾਂ ਕਿਸੇ ਕੌਮ ਦੇ ਪਹਿਲਾਂ ਤਾਂ ਜ਼ਖਮ ਉਦੇੜਨੇ, ਉਹਨਾਂ 'ਤੇ ਵਪਾਰ ਕਰਨਾ ਜੀ, ਫਿਰ ਉਸ ਤੋਂ ਬਾਅਦ ਜਿਸ ਦੌਰ ਦੇ ਵਿੱਚ ਕੱਟੜਤਾ ਬਹੁਤ ਹੈ, ਕੀ ਤੁਸੀਂ ਉਹਨਾਂ 'ਤੇ ਨਸਲੀ ਹਮਲੇ ਨਾ ਵਧਣ ਕੇ ਉਹਦੀ ਗਰੰਟੀ ਲੈਂਦੇ ਹੋ ਪੰਜਾਬ ਤੋਂ ਬਾਹਰ? ਬਿਲਕੁਲ, ਯਾਨੀ ਇਹ ਚੀਜ਼ਾਂ ਆਧਾਰ ਹੈ ਵਿਰੋਧ, ਮਾਹੌਲ ਪੂਰਾ ਖਰਾਬ ਕਰਨ ਦੇ ਵਿੱਚ ਯੋਗਦਾਨ ਪਾ ਸਕਦੇ, ਤੁਸੀਂ ਤੇ ਆਪਣਾ ਪੈਸਾ ਕਮਾਉਣਾ। ਹੁਣ ਇਹਦਾ ਜਿਹੜਾ ਵਿਰੋਧ ਹੋਏਗਾ ਉਹ ਇਹਨੂੰ ਫਾਇਦਾ ਦੇ ਸਕਦਾ ਫਾਈਨੈਂਸ਼ਲੀ, ਫਾਈਨੈਂਸ਼ਲੀ ਕਿਵੇਂ ਫਾਇਦਾ ਦੇ ਸਕਦਾ? ਮੈਂ ਇੱਕ ਡਾਟਾ ਇਕੱਠਾ ਕੀਤਾ ਜੀ, ਕੰਗਣਾ ਦੀ ਲਾਸਟ ਹਿੱਟ ਫਿਲਮ ਸੀਗੀ ਤਨੂ ਵੈਟਸ ਮੰਨੂ ਰਿਟਰਨਸ 2015 'ਚ 39 ਕਰੋੜ ਦਾ ਬਜਟ ਸੀਗਾ ਜੀ, ਅਤੇ ਇਹਦੀ ਕਮਾਈ ਸੀ 255 ਕਰੋੜ ਦੀ। ਉਸ ਤੋਂ ਬਾਅਦ ਇਹਦੀਆਂ ਆਈ ਲਵ ਨਿਊਯਾਰਕ ਸ਼ਾਇਦ NY, ਕੱਟੀ ਵੱਟੀ, ਰੰਗੂਨ, ਸਿਮਰਨ, ਮਨੀ ਕਾਰਨਿਕਾ, ਮੈਂਟਲ ਹੋ ਗਿਆ, ਪੰਗਾ, ਇਹ ਤਾਂ ਵੈਸੇ ਦਾ ਟਾਈਟਲ ਬਹੁਤ ਢੁਕਵਾਂ ਹੈ ਜੀ, ਥਲਾਵੀ, ਧਾਕੜ ਐਂਡ ਚੰਦਰਮੁਖੀ 2, ਇਹ ਸਾਰੀਆਂ ਬੈਕ ਟੂ ਬੈਕ ਸੁਪਰ ਫਲੋਪ ਫਿਲਮਾਂ ਜੀ। ਉਸ ਤੋਂ ਬਾਅਦ ਵੀ ਆਈਆਂ ਸ਼ਾਇਦ, ਇਸ ਲਿਸਟ ਤੋਂ ਬਾਅਦ ਵੀ ਇੱਕ ਦੋ ਆਈਆਂ, ਯਾਨੀ ਫਾਈਨੈਂਸ਼ਲੀ ਹੁਣ ਜੇ ਤੁਸੀਂ ਦੇਖੋਗੇ
ਤਾਂ ਇਹ ਪ੍ਰੋਡਿਊਸਰ ਵੀ ਇਸ ਫਿਲਮ ਦੀ ਇੰਟਰਸਟਿੰਗ ਗੱਲ ਹੈ ਮੈਂ ਜਦੋਂ ਜਾ ਕੇ ਇਸ ਫਿਲਮ 'ਤੇ ਥੋੜ੍ਹਾ ਜਿਹਾ ਰਿਸਰਚ ਵਰਕ ਕੀਤਾ ਨਾ ਜੀ ਜੀ ਇਹ ਅਤੇ ਇੱਕ ਬੀਬੀ ਆ ਰੇਨੂ ਰੇਨੂ ਅਸ਼ੈਦੂ ਦਾ ਨਾਮ ਰੇਨੂ ਪਿੱਤੀ ਜੀ ਇਹ ਦੋਵੇਂ ਬੀਬੀਆਂ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੀਆਂ ਯਾਨੀ ਪੈਸਾ ਧੇਲਾ ਸਾਰਾ ਭਾਵੇਂ ਤਾਂ ਕੰਗਣਾ ਰਣੌਤ ਐਕਟ ਕਰਕੇ ਉਹਦੇ 'ਚ ਸਹਿ ਪ੍ਰੋਡਿਊਸਰ ਹੈ ਜੀ ਯਾਨੀ ਉਹਦੇ ਫਾਈਨੈਂਸ਼ੀਅਲੀ ਹਿੱਤ ਜੁੜੇ ਆ ਬਿਲਕੁਲ ਠੀਕ ਹੈ ਸਰ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਸ਼ਾਇਦ ਉਹਦੀ ਇਹ ਪਹਿਲੀ ਨਹੀਂ ਹੋ ਸਕਦਾ ਲਾਸਟ ਫਿਲਮ ਵੀ ਹੋਵੇ ਜੇ ਹਿੱਟ ਨਾ ਵੱਜੇ ਜੀ ਤਾਂ ਇਸ ਕਰਕੇ ਹੁਣ ਉਹ ਫਾਈਨੈਂਸ਼ੀਅਲੀ ਵੀ ਕਿਤੇ ਨਾ ਕਿਤੇ ਗੇਨ ਕਰਨਾ ਚਾਹੁੰਦੀ ਸੀ ਬਿਲਕੁਲ ਬਿਲਕੁਲ ਦੂਜਾ ਇਹਦੇ 'ਚ ਮੈਂ ਜਦੋਂ ਜਾ ਕੇ ਦੇਖਿਆ ਕਿ ਸਕ੍ਰਿਪਟ ਰਾਈਟਰ ਕੌਣ ਹੈ ਅਤੇ ਕਮਾਲ ਦੀ ਗੱਲ ਹੈ ਕਿ ਸਕ੍ਰਿਪਟ ਰਾਈਟਿੰਗ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਵੀ ਕੰਗਣਾ ਹੈ ਕਮਾਲ ਦੀ ਗੱਲ ਹੈ ਕਿ ਇਸ ਫਿਲਮ ਦੀ ਡਾਇਰੈਕਸ਼ਨ ਜਿਹੜੀ ਹੈ ਜੀ ਉਹ ਵੀ ਇਹਦੇ ਹੱਥ ਹੈ ਯਾਨੀ ਪ੍ਰੋਡਿਊਸਰ ਸਕ੍ਰਿਪਟ ਰਾਈਟਿੰਗ ਤੱਕ ਅਤੇ ਇਸ ਤੋਂ ਇਲਾਵਾ ਡਾਇਰੈਕਸ਼ਨ ਤੱਕ ਸੰਭਾਲ ਪੂਰੀ ਕਰਤਾ ਧਰਤਾ ਇਹਦਾ ਮਤਲਬ ਇਹ ਹੈ ਕਿ ਫਾਈਨੈਂਸ਼ਲੀ ਇੰਟਰਸਟ ਤਾਂ ਹੈਗੇ ਹੀ ਹੈਗੇ ਨੇ ਜੀ ਬਲਕਿ ਸਕ੍ਰਿਪਟ ਦੇ ਵਿੱਚ ਵੀ ਇਹ ਬੀਬੀ ਇਨਵੋਲਵ ਹੈ ਇਸ ਤੋਂ ਇਲਾਵਾ ਡਾਇਰੈਕਟਰ ਨੇ ਚੀਜ਼ਾਂ ਨੂੰ ਕੱਟਣਾ ਵੱਢਣਾ ਜੀ ਜੀ ਕਿ ਜਿਹੜੀ ਚੀਜ਼ ਯਾਰ ਸਮਾਜ ਦੇ ਉਲਟ ਜਾਂਦੀ ਹੈ ਡਾਇਰੈਕਟਰ ਨੇ ਦੇਖਣਾ ਸਭ ਤੋਂ ਪਹਿਲਾਂ ਕਿ ਨਹੀਂ ਨਹੀਂ ਇਹ ਚੀਜ਼ ਨਹੀਂ ਯਾਰ ਮੈਂ ਲਿਜਾਣ ਦੇਣੀ ਜੀ ਰਾਈਟਰ ਤਾਂ ਕੁਛ ਵੀ ਲਿਖ ਕੇ ਦੇ ਦੇਗਾ ਬਿਲਕੁਲ ਮੈਂ ਰਾਈਟਰ ਹਾਂ ਜੀ ਮੇਰਾ ਥਾਟ ਹੈ ਮੈਂ ਤਾਂ ਕਾਗਜ਼ 'ਤੇ ਉਹ ਘੇਰ ਦੇਣਾ ਬਿਲਕੁਲ ਤੁਹਾਡੇ ਸਾਹਮਣੇ ਡਾਇਰੈਕਟਰ ਨੇ ਦੇਖਣਾ ਹੁੰਦਾ ਨਾ ਇਹਨਾਂ ਚੀਜ਼ਾਂ ਨੂੰ ਸੋ ਲਿਹਾਜ਼ਾ ਜਿਸ ਤਰ੍ਹਾਂ ਇਹ ਸਾਰਾ ਕੁਛ ਚੱਲਿਆ ਹੈ ਤਾਂ ਉਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਸ਼ਾਇਦ ਫਾਈਨੈਂਸ਼ੀਅਲੀ ਵੀ ਇੱਕ ਹਿੱਟ ਦੀ ਜ਼ਰੂਰਤ ਸੀ ਜੀ ਅਤੇ ਦੂਸਰੇ ਪਾਸੇ ਜਿਵੇਂ ਆਪਾਂ ਦੇਖੀਏ ਕਿ ਸਾਰਾ ਮਾਲਕ ਮੁਖਤਿਆਰ ਜੋ ਵੀ ਕਾਰਵਾਰ ਸੀ ਉਹ ਇਹਦੇ ਹੱਥ ਸੀ ਬੀਬੀ ਦੇ ਆਪਦੇ ਢੰਗ ਨਾਲ ਫਿਲਮਾਂਕਣ ਕੀਤਾ ਹੈ ਸੋ ਇਸ ਵਜ੍ਹਾ ਦੇ ਨਾਲ ਕੰਗਣਾ ਰਣੌਤ ਦਾ ਜੇ ਇੱਥੇ ਵਿਰੋਧ ਹੋ ਰਿਹਾ ਉਹਨੂੰ ਪਤਾ ਹੈ ਕਿ ਜਿੰਨਾ ਪੰਜਾਬ 'ਚ ਜ਼ਿਆਦਾ ਵਿਰੋਧ ਹੋਏਗਾ ਮੈਨੂੰ ਓਨਾ ਫਾਇਦਾ ਕਿਉਂਕਿ ਇੱਥੇ ਪੰਜਾਬ 'ਚ ਤਾਂ ਮੰਨ ਲਓ ਵਿਰੋਧ ਨਾ ਵੀ ਹੁੰਦਾ ਇਹਦੀ ਫਿਲਮ ਵੇਖਣ ਕਿੰਨੇ ਜਾਣਾ ਸੀ ਇਹਦੀ ਪੰਜਾਬ 'ਚ ਤਾਂ ਆਰ ਐੱਸ ਐੱਸ ਵਾਲੇ ਨਹੀਂ ਫਿਲਮ ਦੇਖਦੇ ਜੀ 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 ਤਾਂ ਗੱਲ ਇਹ ਆ ਕਿ ਇਹਨੂੰ ਫਾਇਦਾ ਇਸੇ ਵਿਰੋਧ ਨੇ ਬਾਹਰ ਕਰਵਾਉਣਾ ਜੀ ਕਿਉਂਕਿ ਇੱਕ ਤਾਂ ਇਹ ਆ ਕਿ ਇੰਦਰਾ ਗਾਂਧੀ 'ਤੇ ਫਿਲਮ ਆ ਇੰਦਰਾ ਗਾਂਧੀ ਪ੍ਰਤੀ ਸਾਰੀ ਨੈਗੇਟਿਵਿਟੀ ਦਿਖਾਈ ਹੋਏਗੀ ਉਹਨੇ ਕਿਹੜਾ ਬੰਗਲਾਦੇਸ਼ ਬਣਾਇਆ ਦਿਖਾ ਦੇਣਾ ਵਿੱਚ ਬਿਲਕੁਲ ਬਿਲਕੁਲ ਸਾਰਾ ਕੁਛ ਨਕਾਰਾਤਮਕ ਚੱਕਿਆ ਹੋਏਗਾ ਕਿਉਂਕਿ ਹਰੇਕ ਲੀਡਰ ਦੇ ਕੁਛ ਕਹਿ ਲਓ ਕਿ ਅਚੀਵਮੈਂਟਸ ਵੀ ਹੁੰਦੇ ਨੇ ਨਾ ਕੁਝ ਉਹਦੇ ਗਲਤ ਫੈਸਲੇ ਵੀ ਹੁੰਦੇ ਨੇ ਇੰਦਰਾ ਗਾਂਧੀ ਦੀਆਂ ਵੀ ਕੁਝ ਅਚੀਵਮੈਂਟਸ ਨੇ ਜੀ ਕੁਝ ਗਲਤ ਫੈਸਲੇ ਨੇ ਬਿਲਕੁਲ ਪਰ ਉਹਨੇ ਗਲਤ ਫੈਸਲੇ ਹੀ ਚੱਕ ਕੇ ਦਿਖਾਉਣੇ ਆ ਅੱਛਾ ਐਮਰਜੈਂਸੀ 'ਤੇ ਵੀ ਆ ਜਾਓ ਆਪਾਂ ਸ਼ਾਇਦ ਗੱਲ ਕੀਤੀ ਸੀਗੀ ਜੀ ਐਮਰਜੈਂਸੀ 'ਤੇ ਵੀ ਜੇ ਆਈਏ ਐਮਰਜੈਂਸੀ 'ਤੇ ਵੀ ਕੁਛ ਲੁਕਵੇਂ ਪੱਖ ਆ ਬਿਲਕੁਲ ਲੁਕਵੇਂ ਪੱਖ ਆ ਜੀ ਉਹ ਕਿਤੇ ਫੇਰ ਫੋਲ ਲਵਾਂਗੇ ਸੋ ਇਸ ਕਰਕੇ ਕੰਗਣਾ ਰਣੌਤ ਚੁੱਪ ਹੈ ਇਸ ਮਾਮਲੇ 'ਚ ਕਿ ਜਿੰਨਾ ਜ਼ਿਆਦਾ ਵਿਰੋਧ ਹੋਵੇਗਾ ਓਨਾ ਹੀ ਕੰਮ ਠੀਕ ਆ ਇੱਕ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਹੈ ਬਿਲਕੁਲ ਬਿਲਕੁਲ ਇਹਨੂੰ ਇਹ ਆ ਕਿ ਜਿੰਨਾ ਵਿਰੋਧ ਵਧੇਗਾ ਸੋਸ਼ਲ ਮੀਡੀਆ 'ਤੇ ਤਾਂ ਹੋ ਸਕਦਾ ਕਿ ਬਾਹਰ ਜਿਹੜਾ ਉਹ ਮੈਨੂੰ ਫਾਇਦਾ ਮਿਲ ਜਾਵੇ ਜੀ 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 ਬਹੁਤ ਸਾਰੇ ਦੋਸਤਾਂ ਦੇ ਕਮੈਂਟ ਨੇ ਦੋਸਤੋ ਅੱਜ ਤੁਸੀਂ 1K ਦੇ ਨੇੜੇ ਲੈ ਗਏ ਹੁਣ ਕਰ ਹੀ ਦਿਓ ਪਾਰ ਮੈਂ ਇਹ ਕਮੈਂਟ ਪੜ੍ਹ ਲਵਾਂ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਫ੍ਰੀ ਦੀ ਪਬਲਿਸਿਟੀ ਮਿਲ ਰਹੀ ਹੈ ਕੰਗਣਾ ਦੀ ਫਿਲਮ ਨੂੰ ਹਾਂ ਬਿਲਕੁਲ ਇਹ ਗੱਲ ਇਹ ਆ ਕਿ ਅੱਗੇ ਫਿਲਮਾਂ ਜਿਹੜੀਆਂ ਇਹਦੀਆਂ ਆਈਆਂ ਉਹ ਨੋਟਿਸ ਹੀ ਨਹੀਂ ਹੋਈਆਂ ਜੀ ਕਿਸ ਵੇਲੇ ਆਈਆਂ ਉੱਡ ਗਈਆਂ ਇੱਕ ਤੇਜਸ ਵੀ ਆਈ ਸੀ ਸ਼ਾਇਦ ਪਿੱਛੇ ਜੇ ਉਹਨੂੰ ਤਾਂ ਕਹਿੰਦੇ ਕਿ 50-60 ਰੁਪਏ ਦੀਆਂ ਟਿਕਟਾਂ ਲਈ ਵੀ ਤਰਸਣਾ ਪਿਆ ਜੀ ਇੰਨਾ ਬੁਰਾ ਹਾਲ ਸੀਗਾ ਸੋ ਇਸ ਕਰਕੇ ਕਹਿ ਲਓ ਕਿ ਇਹਨੇ ਇਹੀ ਚੀਜ਼ ਜਿਹੜੀ ਆ ਨਾ ਸ਼ਾਇਦ ਹੋ ਸਕਦਾ ਮਿੱਥ ਕੇ ਪਾ ਦਿੱਤੀ ਹੋਵੇ ਕਿ ਜੇ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵਾਲਾ ਦੌਰ ਜਿਹੜਾ ਹੈ ਉਹਨੂੰ ਫਿਲਮਾਉਣੀ ਆ ਤਾਂ ਉਹਦੇ ਨਾਲ ਇਹ ਕੰਟੈਂਟ ਜਿਹੜਾ ਭਾਰਾ ਹੋ ਜਾਏਗਾ ਕਿਉਂਕਿ ਐਮਰਜੈਂਸੀ ਜਾਂ ਇੰਦਰਾ ਗਾਂਧੀ 'ਤੇ ਤਾਂ ਫਿਲਮ ਆਲਰੇਡੀ ਬਣ ਚੁੱਕੀ ਤਾਂ ਕਿਉਂਕਿ ਇਹ ਹੁਣ ਆਪਾਂ ਫਿਲਮ 'ਤੇ ਦੇਖੀ ਨਹੀਂ ਇਹ ਫਿਲਮ ਸ਼ਾਇਦ 84 ਤੱਕ ਜਾਏਗੀ
84 ਤੱਕ ਜਾਏਗਾ ਇਹ ਸਾਰਾ ਕੁਝ, ਤੇ ਅਸੈਸੀਨੇਸ਼ਨ ਤੱਕ ਵੀ ਸ਼ਾਇਦ ਇਹ ਦਿਖਾ ਸਕਦਾ ਹੋ ਸਕਦਾ, ਯਾਨੀ ਕਿਉਂਕਿ ਹਲੇ ਫਿਲਮ ਰਿਲੀਜ਼ ਹੋਏਗੀ ਫਿਰ ਪਤਾ ਲੱਗੇਗਾ, ਯਾਨੀ ਕਿਤੇ ਨਾ ਕਿਤੇ ਕਹਿ ਲਓ ਕਿ ਕੰਗਨਾ ਨੇ ਦਾਅ ਖੇਡਿਆ ਇਹਦੇ 'ਚ ਜੀ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਹਾਲਾਂਕਿ ਮੈਂ ਫਿਲਮ ਦੀ ਲਿਬਰਟੀ ਦੇ ਹੱਕ 'ਚ ਹਾਂ, ਪਰ ਗੱਲ ਇਹ ਆ ਕਿ ਤੁਸੀਂ ਫਿਰ ਪ੍ਰੋਪੇਗੰਡਾ ਵਨ ਸਾਈਡਡ ਕਿਉਂ ਕਰਦੇ ਹੋ? ਸਭ ਤੋਂ ਵੱਡੀ ਸਮੱਸਿਆ ਗੁਜਰਾਤ ਵਾਲਾ ਵੀ ਦਿਖਾਓ ਨਾ ਜੀ। ਅੱਛਾ ਫਿਰ ਜੇ ਦਿਖਾਉਣਾ ਹੀ ਆ, ਜੇ ਦਿਖਾਉਣਾ ਹੀ ਆ ਤਾਂ ਫਿਰ ਪੰਜਾਬ ਦਾ ਪੂਰਾ ਪ੍ਰਕਰਨ ਤੇ ਦਿਖਾਓ ਨਾ, ਜੋ ਭਾਈ ਖਾਲੜਾ ਤੱਕ ਪੁੱਜਦਾ ਹੈ। ਬਿਲਕੁਲ ਬਿਲਕੁਲ, ਉਹਦੇ ਤੇ ਫਿਲਮ ਬਣੀ ਹੋਈ ਆ, ਉਹਨੂੰ ਵੀ ਤੁਸੀਂ ਰਿਲੀਜ਼ ਕਰ ਦਿਓ। ਜੇ ਇਸ ਤਰ੍ਹਾਂ ਮਤਲਬ ਕਿ ਇਹ ਕੰਟੈਂਟ ਵਿਖਾਉਣ ਤੇ ਕੋਈ ਹਾਰਮੋਨੀ ਨੂੰ ਖਤਰਾ ਨਹੀਂ ਪੈਦਾ ਹੁੰਦਾ, ਫਿਰ ਉਹਦੇ ਤੇ ਕਿਉਂ ਹੁੰਦਾ ਜੀ? ਕੁਝ ਦੋਸਤ ਵੀ ਇਹ ਗੱਲ ਕਰ ਰਹੇ ਨੇ, ਜਸਪਾਲ ਰਾਏ ਜੀ ਕਹਿ ਰਹੇ ਨੇ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਫਿਲਮ 'ਚ ਕੱਟ ਲਾ ਕੇ ਕਹਿੰਦੇ ਇਸ ਤਰ੍ਹਾਂ ਰੋਕ ਦਿੱਤੀ ਹੈ, ਤੇ ਦੂਜੇ ਪਾਸੇ ਉਧਰ ਜਿਹੜੀ ਹੈ ਫਿਲਮ ਸਵਾਲ ਤੇ ਇਹੀ ਪੈਦਾ ਹੁੰਦੇ ਨੇ ਕਿ ਕਦੇ ਕੇਰਲਾ ਵਾਲੀ ਸਟੋਰੀ ਕੱਢ ਲਿਆਉਂਦੇ ਤੁਸੀਂ ਲਵ ਜਹਾਦ ਵਾਲੀ, ਕਦੇ ਕਸ਼ਮੀਰ ਵਾਲੀ, ਕਸ਼ਮੀਰ ਫਾਈਲਸ ਵਾਲੀ ਜੀ। ਕਸ਼ਮੀਰ ਫਾਈਲਸ ਵੇਲੇ ਵੀ ਮੇਰਾ ਇਹੀ ਸੀਗਾ ਕਿ ਤੁਸੀਂ ਠੀਕ ਆ, ਅਸੀਂ ਕਸ਼ਮੀਰੀ ਪੰਡਤਾਂ ਦੇ ਨਾਲ ਦੁੱਖ ਰੱਖਦੇ ਹਾਂ ਯਾਰ, ਹਮਦਰਦੀ ਰੱਖਦੇ, ਇਨਫੈਕਟ ਮੈਂ ਸਾਲਾਂ ਤੋਂ ਉਹਨਾਂ ਦੇ ਹੱਕ 'ਚ ਬੋਲਦਾ ਜੀ। ਪਰ ਜਿਹੜੇ ਮੁਸਲਮਾਨਾਂ ਨੇ ਉਹਨਾਂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ, ਜਦਕਿ ਉੱਥੇ ਪਹਿਲਾ ਅਫਸਰ, ਪਹਿਲਾ ਨਾਗਰਿਕ ਜੀ, ਉਹ ਮਰਨ ਵਾਲਾ ਮੁਸਲਮਾਨ ਹੀ ਸੀ। ਇਨਫੈਕਟ ਜੇ ਤੁਸੀਂ ਸਿਆਸਤਦਾਨ ਪਹਿਲਾਂ ਦੇਖੋਗੇ ਜਿਹਦਾ ਅਸੈਸੀਨੇਸ਼ਨ ਹੋਇਆ, ਉਹ ਕਸ਼ਮੀਰ 'ਚ ਪਹਿਲਾ ਮੁਸਲਮਾਨ ਹੀ ਸੀ ਜੀ। ਮਤਲਬ ਕਿ ਇਹ ਚੀਜ਼ਾਂ ਛੱਡ ਕੇ ਤੁਸੀਂ ਉਹ ਹੁਣ ਚੁੱਕੋ ਉੱਪਰ ਹਿਟਲਰ ਦੇ ਦੌਰ ਦੀ ਉਹ ਯਾਦ ਆਉਂਦੀ ਹੈ ਕਿ ਕਿਸ ਤਰ੍ਹਾਂ ਉਦੋਂ ਚੁਣ ਚੁਣ ਕੇ ਮੂਵੀਆਂ ਬਣਾਈਆਂ ਜਾਂਦੀਆਂ ਸੀ ਯਹੂਦੀਆਂ ਦੇ ਖਿਲਾਫ। ਜੇ ਤੁਸੀਂ ਦੇਖੋਗੇ ਤਾਂ ਗੱਲ ਇਹ ਆ ਕਿ ਇਹ ਜਿਹੜੀਆਂ ਸਾਰੀਆਂ ਫਿਲਮਾਂ ਬਣੀਆਂ, ਇਹਨਾਂ ਨੂੰ ਪ੍ਰਮੋਸ਼ਨ ਵੀ ਜਿਹੜੀ ਹੈ ਉਹ ਆਈ ਟੀ ਸੈੱਲ ਵਾਲਿਆਂ ਨੇ ਖੂਬ ਦਿੱਤੀ ਹੈ।